The number you are trying to call is currently not reachable. गुरी दे पापा नू ना इन्ना भी है नहीं कि घरे कॉल करके दस ही दवा कितना टाइम लगू ते उत्तों उन्हां दा फोन भी नहीं लग रहा। ना जे इन्ना लेट हो गए थोड़ा फोन भी नहीं लग रहा। ओ एक्चुअली इहदी बैटरी डेड हो गई सी तां स्विच ऑफ हो गया सी। आए करो तुसी फ्रेश हो जाओ, मैं डिनर लानी है। नहीं मैं बाहरों खा आया, अब मैं कुछ नहीं खाना। चलो आए करो बैठो तुसी, मैं दूध गर्म करके लेनी है। आ लो दूध। ਤੁਸੀਂ ਕਿਹੜੀਆਂ ਸੋਚਾਂ 'ਚ ਪੈ ਗਏ? ਨਾ ਨਾ ਕੁਛ ਨਹੀਂ। ਕਿਰਤ? ਹਾਂਜੀ। ਉਹ ਜਿਹੜਾ ਸੋਨੇ ਵਾਲਾ ਬੈਗ ਲੈ ਕੇ ਆਇਆ ਸੀ ਉਹ ਅਲਮਾਰੀ 'ਚ ਰੱਖਤਾ? ਜਿਵੇਂ ਬਾਬਾ ਜੀ ਨੇ ਕਿਹਾ ਸੀ ਉਵੇਂ ਹੀ ਲੋਕ ਲਾ ਕੇ ਅਲਮਾਰੀ 'ਚ ਰੱਖਤਾ, ਤੁਸੀਂ ਉਸ ਗੱਲ ਦੀ ਟੈਨਸ਼ਨ ਨਾ ਲਓ। ਠੀਕ ਹੈ। ਸੁਣੋ ਜੀ, ਤੁਸੀਂ ਗੁਰੀ ਲਈ ਇੰਨਾ ਕੁਛ ਕਰ ਰਹੇ ਹੋ, ਮੈਂ ਬਹੁਤ ਖੁਸ਼ ਹਾਂ। ਦੇਖ ਆਪਣੇ ਤੋਂ ਬਾਅਦ ਜੋ ਕੁਛ ਵੀ ਹੈ ਇਹ ਸਭ ਆਪਣੇ ਗੁਰੂ ਦਾ ਤਾਂ ਹੈ ਨਾ। ਹਾਂ ਬਸ ਇੱਕ ਰਾਤ ਦੀ ਤਾਂ ਗੱਲ ਹੈ, ਬਾਬਾ ਜੀ ਨੇ ਕਿਹਾ ਸੀ ਸਵੇਰ ਹੁੰਦੇ ਸਭ ਕੁਛ ਠੀਕ ਹੋ ਜਾਏਗਾ। ਹਾਂ ਬਾਬਾ ਜੀ ਨੇ ਜੋ ਕਿਹਾ ਸੀ ਉਹੀ ਹੋ, ਕੱਲ੍ਹ ਤੋਂ ਆਪਣੇ ਚੰਗੇ ਦਿਨ ਸ਼ੁਰੂ ਹੋ ਜਾਣਗੇ। ਠੀਕ ਕਹਿ ਰਹੇ ਤੁਸੀਂ। ਹਾਂ ਚਲੋ ਹੁਣ ਤੁਸੀਂ ਸੌਂ ਜਾਓ, ਫਿਰ 3 ਵਜੇ ਉੱਠਣਾ ਵੀ। ਹਾਂ ਮੈਂ ਲਾਈਟ ਆਫ ਕਰ। ਚੱਲ ਹਰਦੀਪ ਮਾਂ। ਹਾਂ ਪੁੱਤ। ਤੂੰ ਇੱਥੇ ਕਦੋਂ ਆਈ ਆ? 9:15 ਆ ਗਈ ਸੀ। ਪਰ ਕਿਰਤ ਨੇ ਤਾਂ ਦੱਸਿਆ ਹੀ ਨਹੀਂ। ਭੁੱਲ ਗਈ ਹੋਣੀ ਆ ਪੁੱਤ। ਕੀ ਗੱਲ, ਅੱਜ ਤੁਸੀਂ ਦੋਵੇਂ ਬੜੇ ਪਰੇਸ਼ਾਨ ਲੱਗਦੇ ਹੋ। ਤੂੰ ਤੇ ਸਵੇਰ ਦੀ ਰੋਟੀ ਵੀ ਨਹੀਂ ਖਾਧੀ ਤੇ ਘਰੇ ਆ ਕੇ ਝੂਠ ਬੋਲਤਾ, ਬਾਹਰੋਂ ਖਾ ਆਇਆ। ਤੈਨੂੰ ਕਿਦਾਂ ਪਤਾ? ਮਾਂ ਐ ਪੁੱਤ, ਮਾਵਾਂ ਨੂੰ ਸਭ ਕੁਛ ਪਤਾ ਹੁੰਦਾ। ਨਾ ਤੂੰ ਦੱਸ ਪਰੇਸ਼ਾਨ ਕਿਉਂ ਐ? ਮਾਂ ਗੁਰੂ ਨੇ ਜਿੱਦ ਫੜੀ ਹੋਈ ਐ ਕਿ ਮੈਂ ਬਾਹਰ ਹੀ ਜਾਣਾ। ਫੇਰ
ਇਹਦੇ ਵਿੱਚ ਟੈਨਸ਼ਨ ਵਾਲੀ ਕਿਹੜੀ ਗੱਲ ਹੈ? ਮਾਂ, ਇਸ ਵਾਰ ਫਿਰ ਗੁਰੂ ਦੇ ਘੱਟ ਬੈਂਡ ਆਏ ਆ। ਚਲੋ ਕੋਈ ਗੱਲ ਨਹੀਂ, ਬਸ ਅੱਜ ਰਾਤ ਦੀ ਤਾਂ ਗੱਲ ਹੈ, ਸਵੇਰੇ ਸਭ ਠੀਕ ਹੋ ਜੂਗਾ। ਇੱਕ ਰਾਤ ਦੀ ਗੱਲ ਹੈ? ਇਹੋ ਜਿਹਾ ਵੀ ਕੀ ਹੋ ਜੂ ਇੱਕ ਰਾਤ ਵਿੱਚ ਜੋ ਕੱਲ੍ਹ ਸਵੇਰ ਤੱਕ ਠੀਕ ਹੋ ਜੂ? ਦੀਪ, ਤੂੰ ਕੁਝ ਗਲਤ ਤਾਂ ਨਹੀਂ ਕਰਨ ਜਾ ਰਿਹਾ? ਮਾਂ, ਮੇਰੇ ਪਾਰਟਨਰ ਬਤਰਾ ਜੀ ਨੇ, ਉਹਨਾਂ ਦੇ ਵਿਗੜੇ ਹਾਲਾਤਾਂ ਨੂੰ ਸੁਧਾਰਨ ਵਾਲੇ ਬਾਬਾ ਜੀ ਨੇ, ਤੇ ਮੈਂ ਕੱਲ੍ਹ ਬਾਬਾ ਜੀ ਕੋਲੇ ਗੁਰੀ ਨੂੰ ਲੈ ਕੇ ਗਿਆ ਸੀ। ਅੱਛਾ। ਮਾਂ, ਬਾਬਾ ਜੀ ਨੇ ਜਾਂਦੇ ਹੀ ਸਾਡੇ ਬਿਨਾਂ ਦੱਸੇ ਸਾਰੀ ਪਰੇਸ਼ਾਨੀ ਬੁੱਝ ਲਈ। ਅੱਛਾ, ਫਿਰ ਕੀ ਕਹਿੰਦਾ ਸੀ ਬਾਬਾ? ਆਓ ਬੱਤਰਾ ਜੀ। ਅੱਛਾ, ਹਰਦੀਪ ਜੀ ਵੀ ਨਾਲ ਆਏ ਨੇ? ਕਿਉਂ ਬਈ ਗੁਰੂ ਪੁੱਤਰ, ਕਿੰਨੇ ਬੈਂਡ ਘੱਟ ਗਏ? ਸਾਢੇ ਪੰਜ ਬਣੇ ਹੈ। ਤੂੰ ਬਹੁਤ ਹੁਸ਼ਿਆਰ, ਪਰ ਤੇਰੇ ਮੱਥੇ ਦੀਆਂ ਰਖਾਵਾਂ ਕੁਛ ਹੋਰ ਦੱਸਦੀਆਂ। ਹਰਦੀਪ ਜੀ, ਮੈਨੂੰ ਦਿਸ ਰਿਹਾ ਆਉਣ ਵਾਲਾ ਸਮਾਂ ਬਹੁਤ ਮਾੜਾ। ਘਰ ਚ ਦੁੱਖ ਕਲੇਸ਼, ਲਾ ਇਲਾਜ ਬਿਮਾਰੀ, ਲੱਕ ਤੁਰ ਕੇ ਰੱਖ ਦੇਣਗੇ ਤੇਰਾ। ਤੁਸੀਂ ਘਰ ਵਾਲੀ ਨੂੰ ਮੂੰਹ ਨਹੀਂ ਲਾਉਣਾ ਤੇ ਘਰ ਵਾਲੀ ਨੇ ਤੁਹਾਨੂੰ ਮੂੰਹ ਨਹੀਂ ਲਾਉਣਾ, ਤੇ ਇਹ ਮੁੰਡੇ ਨੇ ਤੁਹਾਨੂੰ ਕਦੇ ਬੁਲਾਉਣਾ। ਉਹ ਤੁਹਾਡਾ ਤਾਂ ਘਰੇ, ਉਹਨੂੰ ਦਿਲ ਨਹੀਂ ਕਰਨਾ। ਉਹ ਸ਼ਾਹ ਅੱਖਰ ਦੇ ਨਾਮ ਤੋਂ ਸ਼ੁਰੂ ਹੋਣ ਵਾਲਾ ਜਿਹਦੀਆਂ ਜੜਾਂ ਚ ਇੱਕ ਵਾਰੀ ਕੁੰਡਲੀ ਮਾਰ ਕੇ ਬਹਿ ਜਾਂਦਾ ਨਾ, ਭਾਂਡੇ ਤੱਕ ਬਗਵਾ ਦਿੰਦਾ। ਤੁਹਾਡੇ ਘਰੇ ਤਾਂ ਇੱਕ ਚਮਚਾ ਨਹੀਂ ਲੱਭਣਾ। ਕੌਣ ਹੈ ਬਾਬਾ ਜੀ? ਉਹ ਨਾਮ ਨਹੀਂ ਲੈਣਾ ਉਹਦਾ। ਫਿਰ ਤੁਸੀਂ ਕੋਈ ਹੱਲ ਦੱਸੋ। ਹੱਲ ਕਿਸ ਚੀਜ਼ ਦਾ ਨਹੀਂ? ਜ਼ਮੀਨ, ਜਾਇਦਾਦ, ਦੌਲਤ, ਧਨ ਦਾ ਤੇ ਲਾਉਣਾ ਪੈਣਾ। ਲਾ ਦੋਗੇ ਬਾਬਾ ਜੀ? ਮੈਂ ਸਭ ਕੁਛ ਆਪਣਾ ਦਾਤੇ ਲਾ ਦਾਂਗਾ। ਕੋਈ ਹੱਲ ਤਾਂ ਕੱਢੋ ਬਾਬਾ ਜੀ। ਪੁੱਤਰ, ਕੀ ਸੋਚਣ ਲੱਗ ਪਿਆ? ਫਿਰ ਦੱਸ ਕੀ ਕਿਹਾ ਬਾਬੇ ਨੇ? ਮਾਂ, ਬਾਬਾ ਜੀ ਕਹਿੰਦੇ ਜਿਹੜੀ ਤੁਹਾਡੇ ਸ਼ਹਿਰ ਲੱਗੋ ਨਹਿਰ ਲੰਘਦੀ ਹੈ ਨਾ, ਤੇ ਉਹਦੇ ਵਿੱਚ ਇੱਕ ਹੱਥ ਵਿੱਚ ਨਾਰੀਅਲ ਫੜ ਕੇ ਤੇ ਮੰਤਰ ਦਾ ਜਾਪ ਕਰਦੇ ਹੋਏ ਤੇ ਨਹਿਰ ਵਿੱਚ ਤਿੰਨ ਡੁਬਕੀਆਂ ਲਾਣੀਆਂ ਨੇ, ਤੇ ਉਸ ਤੋਂ ਬਾਅਦ ਗੁਰੂ ਦੇ ਬਾਹਰ ਜਾਂਦਾ ਰਸਤਾ ਖੁੱਲ ਜੂਗਾ ਤੇ ਨਾਲੇ ਆਪਣਾ ਹੱਥ ਵੀ ਸੌਖਾ ਹੋ ਜੂਗਾ। ਅੱਛਾ, ਇੱਕ ਹੱਥ ਵਿੱਚ ਨਾਰੀਅਲ ਤੇ ਦੂਜੇ ਹੱਥ ਵਿੱਚ ਕੀ ਚੁੱਕਣ ਨੂੰ ਕਿਹਾ ਬਾਬੇ ਨੇ? ਉਹ ਤਾਂ ਦੱਸ ਫਿਰ ਮੈਨੂੰ। ਨਹੀਂ ਨਹੀਂ, ਕੁਛ ਨਹੀਂ ਕਿਹਾ। ਦੂਜੇ ਹੱਥ ਵਿੱਚ ਉਹਨੇ ਸੋਨੇ ਨਾਲ ਭਰਿਆ ਹੋਇਆ ਬੈਗ ਕਿਹਾ ਹੋਣਾ, ਜਿਹੜਾ ਤੂੰ ਆਉਂਦੇ ਹੀ ਕਿਰਤ ਨੂੰ ਫੜਾਇਆ। ਪੁੱਤਰ, ਅੱਜ ਤੂੰ ਦਸਾਂ ਨੌਹਾਂ ਦੀ ਕਮਾਈ ਤੇ ਬਾਪੂ ਜੀ ਦੀ ਬਣਾਈ ਜ਼ਮੀਨ ਜਾਇਦਾਦ ਕਿਸੇ ਓਪਰੇ ਬੰਦੇ ਦਾ ਕਹਿਣਾ ਮੰਨ ਕੇ ਅੱਧ ਰੇਟ ਵਿੱਚ ਉਸ ਬੱਤਰੇ ਨੂੰ ਗਿਰਵੀ ਰੱਖ ਆਇਆ। ਤੈਨੂੰ ਆਪਣੇ ਗੁਰੂ ਤੇ ਬਿਲਕੁਲ ਵੀ ਵਿਸ਼ਵਾਸ ਨਹੀਂ ਰਿਹਾ। ਮਾਂ, ਬਾਬਾ ਜੀ ਬਹੁਤ ਕਰਨੀ ਵਾਲੇ ਨੇ, ਤਾਂ ਹੀ ਤੇ ਸਭ ਕੁਛ ਕੀਤਾ। ਮੈਨੂੰ ਉਹਨਾਂ 'ਤੇ ਪੂਰਾ ਵਿਸ਼ਵਾਸ ਹੈ, ਇਹ ਬੱਤਰਾ ਜੀ ਵੀ ਉਹਨਾਂ ਦੀ ਸਲਾਹ ਨਾਲ ਚੱਲਦੇ ਨੇ। ਪੁੱਤ, ਮੈਂ ਤੈਨੂੰ ਗੁਰੂ ਸਾਹਿਬ ਦੇ ਉੱਤੇ ਵਿਸ਼ਵਾਸ ਕਰਨ ਦੀ ਗੱਲ ਕਰਦੀ ਹਾਂ ਤੇ ਤੂੰ ਬਾਬੇ ਨੂੰ ਗੁਰੂ ਮੰਨ ਕੇ ਉਹਦੇ 'ਤੇ ਵਿਸ਼ਵਾਸ ਕਰੀ ਬੈਠੇ। ਦੇਖੀ ਦੀਪਿਆ, ਇਹਨਾਂ ਬਾਬਿਆਂ ਦੇ ਚੱਕਰਾਂ 'ਚ ਪੈ ਕੇ ਕਿਤੇ ਆਪਣਾ ਸਭ ਕੁਛ ਨਾ ਗੁਆ ਬੈਠੀ। ਮਾਂ, ਮੈਂ 42 ਸਾਲ ਦਾ ਹੋ ਗਿਆ, ਮੈਨੂੰ ਸਭ ਕੁਛ ਪਤਾ ਹੈ ਕਿ ਮੈਂ ਕੀ ਕਰਨਾ ਤੇ ਕੀ ਨਹੀਂ ਕਰਨਾ। ਇਹ ਸਿਰ ਹੈ ਅਮਾਨਤ ਸਤਿਗੁਰੂ ਦੀ, ਥਾਂ ਥਾਂ 'ਤੇ ਚੁਕਾਇਆ ਨਹੀਂ ਜਾਂਦਾ। ਇਹ ਦਿਲ ਹੈ ਅਮਾਨਤ ਸਤਿਗੁਰੂ ਦੀ, ਥਾਂ ਥਾਂ 'ਤੇ ਲਾਇਆ ਨਹੀਂ ਜਾਂਦਾ। ਪੰਜਾਬ ਸੂਬੇ ਦੀਆਂ ਮੁੱਖ ਖਬਰਾਂ ਵੱਲ ਇੱਕ ਰੁੱਖ ਕਰਦੇ ਹਾਂ। ਪਹਿਲੀ ਖਬਰ ਸ਼ਹਿਰ ਬਠਿੰਡਾ ਦੀ ਹੈ, ਜਿੱਥੋਂ ਦੇ ਇੱਕ ਬਿਜ਼ਨਸਮੈਨ ਹਰਦੀਪ ਸਿੰਘ ਵਾਸੀ ਮਾਡਲ ਟਾਊਨ, ਜਿਨ੍ਹਾਂ ਦੇ ਇਕਲੌਤੇ ਪੁੱਤਰ ਜਿਸ ਦਾ ਨਾਮ ਗੁਰਵਿੰਦਰ ਸਿੰਘ ਦੱਸਿਆ ਜਾ ਰਿਹਾ ਹੈ, ਉਹ ਸਵੇਰੇ 4:30 ਵਜੇ ਬਿਨਾਂ ਕਿਸੇ ਕਾਰਨ ਤੋਂ ਨਹਿਰ ਵਿੱਚ ਡੁੱਬ ਗਿਆ। ਸੂਤਰਾਂ ਦੇ ਮੁਤਾਬਿਕ ਉਹਦੇ ਹੱਥ ਵਿੱਚ ਇੱਕ ਸੋਨੇ ਦਾ ਬੈਗ ਸੀ। ਜਿਸ ਸਮੇਂ ਉਹ ਡੁੱਬਿਆ, ਪਾਣੀ ਦਾ ਬਹਾਵ ਬਹੁਤ ਤੇਜ਼ ਸੀ, ਜਿਸ ਕਾਰਨ ਉਹਦੀ ਲਾਸ਼ ਦਾ ਕੁਝ ਪਤਾ ਨਹੀਂ ਚੱਲ ਰਿਹਾ।
ਪਤਨੀ ਕੁਛ ਬੋਲਣ ਦੀ ਹਾਲਤ ਵਿੱਚ ਨਹੀਂ ਤੇ ਪੁਲਿਸ ਦੇ ਮੁਤਾਬਿਕ ਇੱਕ ਬੱਚੇ ਦਾ ਸੋਨੇ ਨਾਲ ਭਰਿਆ ਬੈਗ ਨਹਿਰ ਤੇ ਲੈ ਕੇ ਜਾਣਾ ਕਿਸੇ ਵੱਡੇ ਸਾਹਿਬ ਨੂੰ ਇਸ਼ਾਰਾ ਕਰ ਰਿਹਾ ਹੈ। ਇਹ ਸਭ ਝੂਠਾ ਹੈ, ਝੂਠਾ ਹੈ, ਇਹ ਨਹੀਂ ਹੋ ਸਕਦਾ ਬਾ, ਇਹ ਨਹੀਂ ਹੋ ਸਕਦਾ, ਇਹ ਝੂਠਾ। ਦੀਪਿਆ ਪਾਣੀ ਪੀਏ ਛਾਣ ਕੇ ਗੁਰੂ ਮਾਨੀਏ ਜਾਣ ਕੇ, ਜੇ ਵਹਿਮ ਪੱਲੇ ਨਾਲ ਬੰਨ ਕੇ ਰੱਖੇਗਾ ਤਾਂ ਸਫਲਤਾ ਝੋਲੀ ਵਿੱਚ ਨਹੀਂ ਪੈਣੀ। ਉਸੇ ਤਰ੍ਹਾਂ ਜੇ ਵਹਿਮ ਪਹਿਲਾਂ ਹੀ ਤੇਰੇ 'ਤੇ ਹਾਵੀ ਹੈ, ਜੀਵਨ ਵਿੱਚ ਸਿਰਫ ਉਹੀ ਹਿੱਸੇ ਰਹਿ ਜਾਣਾ। ਤੈਨੂੰ ਅਜੇ ਵੀ ਯਕੀਨ ਨਹੀਂ ਤਾਂ ਚੱਲ ਫਿਰ ਆ ਵੇਖ ਕੀ ਹੋ ਰਿਹਾ। ਬਤਰਾ ਜੀ, ਉਹ ਹਰਦੀਪ ਤੋਂ ਜੋ ਗਹਿਣੇ ਕਰਵਾਇਆ ਸਾਈਨ ਵਗੈਰਾ ਤਾਂ ਹੋ ਗਈ ਸੀ ਨਾ? ਬਾਬਾ ਜੀ ਤੁਸੀਂ ਫਿਕਰ ਹੀ ਨਾ ਕਰੋ, ਸਭ ਕੁਛ ਤਿਆਰ ਹੈ, ਬਸ ਤੁਸੀਂ ਆਪਣੇ ਗੋਤਾਖੋਰਾਂ ਨੂੰ ਸੋਨਾ ਕੱਢਣ ਲਈ ਤਿਆਰ ਰੱਖੋ। ਕੰਮ ਹੁੰਦੇ ਹੀ ਕੱਲ ਤੋਂ ਮੇਰੇ ਨਾਲ ਵਾਲੀ ਕੁਰਸੀ ਤੁਹਾਡੀ ਹੈ। ਉਹ ਤੇ ਹੈ ਬਤਰਾ ਜੀ, ਸਾਡੇ ਗੋਤਾਖੋਰ ਤਾਂ ਇੱਦਾਂ ਤਿਆਰ ਰਹਿੰਦੇ ਆ ਜਿੱਦਾਂ ਹੱਡਾ ਰੂੜੀ ਵਾਲੇ ਕੁੱਤੇ ਮਰੇ ਹੋਏ ਪਸ਼ੂ ਨਹੀਂ ਉਡੀਕਦੇ ਹੁੰਦੇ। ਦੀਪ ਗਲਤੀ ਇਹਨਾਂ ਦੀ ਨੀ ਤੇਰੀ ਹੈ, ਮਾੜੀ ਜੀ ਮੁਸੀਬਤ ਆਣ ਤੇ ਤੇਰਾ ਮਨ ਡੋਲ ਗਿਆ, ਗੁਰੂ ਤੋਂ ਵਿਸ਼ਵਾਸ ਡੋਲ ਗਿਆ ਤੇਰਾ। ਇਸੇ ਨੂੰ ਦੇਖ ਕੇ ਬੱਤਰੇ ਦੇ ਪਖੰਡੀ ਸਾਧ ਨੇ ਤੈਨੂੰ ਗੱਲਾਂ ਵਿੱਚ ਲਾ ਕੇ ਤੇਰਾ ਫਾਇਦਾ ਉਠਾਉਣਾ ਚਾਹਿਆ ਪੁੱਤ। ਤੇਰਾ ਦਿਲ ਕਦੇ ਨਹੀਂ ਸੀ ਟੁੱਟਣਾ ਪੁੱਤਰ। ਮਾਂ ਮੈਨੂੰ ਮਾਫ ਕਰੀ, ਮੈਂ ਗਲਤ ਰਸਤੇ ਤੇ ਤੁਰ ਪਿਆ ਸੀ। ਜੇ ਅੱਜ ਮਾਂ ਤੂੰ ਨਾ ਹੁੰਦੀ ਤੇ ਮੈਂ ਗੁਰੂ ਤੋਂ ਬੇਮੁੱਖ ਹੋ ਕੇ ਆਪਣਾ ਸਾਰਾ ਕੁਝ ਗਵਾ ਲੈਣਾ ਸੀ। ਤੂੰ ਸਦਾ ਮੇਰਾ ਖਿਆਲ ਰੱਖਿਆ ਮਾਂ, ਜਦੋਂ ਵੀ ਮੈਂ ਗਲਤੀ ਕਰਦਾ ਸੀ ਤੂੰ ਮੇਰੇ ਨਾਲ ਰਹਿੰਦੀ ਸੀ। ਪਰ ਮਾਂ ਮੈਂ ਤੇਰਾ ਗੁਨਾਹਗਾਰ ਹਾਂ, ਤੇਰਾ ਗੁਨਾਹਗਾਰ ਹਾਂ ਮਾਂ। ਦੀਪਿਆ ਕਦੇ ਨਾ ਸੋਚੀ ਗਲਤੀ ਤੇਰੀ ਸੀ ਕਿ ਤੂੰ ਮੈਨੂੰ ਦੂਰ ਕੀਤਾ। ਲੋਚਦੀ ਰਹੀ ਪੁੱਤਰਾ ਮੈਂ ਤੇਰੇ ਇੱਕ ਪਿਆਰ ਨੂੰ, ਤਿੰਨ ਧੀਆਂ ਮਾਰੀਆਂ ਸੀ ਤੈਨੂੰ ਪਾਉਣ ਨੂੰ, ਸ਼ਾਇਦ ਉਸੇ ਦੀ ਸਜ਼ਾ 3 ਸਾਲਾਂ ਤੋਂ ਭੁਗਤ ਰਹੀ। ਪੁੱਤਰ ਕੱਲ ਤਾਂ ਕੱਢ ਲਏਗਾ ਨਾ ਸਮਾਂ ਮਾਂ ਦੀ ਅਰਥੀ ਚੁੱਕਣ ਲਈ। ਮਾਂ ਮਾਂ ਕਿੱਥੇ ਗਈ? ਮਾਂ ਹੈਲੋ। ਹਾਂਜੀ ਸਰ, ਹਰਦੀਪ ਜੀ ਬੋਲ ਰਹੇ? ਹਾਂਜੀ ਸਰ, ਮੈਂ ਅਰਮਾਨ ਬੋਲ ਰਹਾ ਹੂੰ, ਬਹੁਤ ਟਾਈਮ ਸੇ ਆਪਕਾ ਫੋਨ ਟ੍ਰਾਈ ਕਰ ਰਹਾ ਥਾ, ਔਰ ਸਰ ਆਪਕੀ ਵਾਈਫ ਵੀ ਫੋਨ ਨਹੀਂ ਉਠਾ ਰਹੇ ਹੈ। ਹਾਂ ਸਰ, ਆਪਕੀ ਮਦਰ ਜੋ 3 ਸਾਲ ਸੇ ਹਮਾਰੇ ਵਰਧ ਆਸ਼ਰਮ ਮੇ ਰਹਿ ਰਹੇ ਥੇ, ਹਾਂ ਉਨਕੀ ਕੁਛ ਦਿਨੋਂ ਸੇ ਸਰ ਤਬੀਅਤ ਖਰਾਬ ਚੱਲ ਰਹੀ ਥੀ, ਔਰ ਸਰ ਬਤਾਤੇ ਹੋਏ ਦੁੱਖ ਹੋ ਰਹਾ ਹੈ ਕਿ ਅੱਜ ਰਾਤ 9:15 ਵਜੇ ਉਨਕੀ ਡੈਥ ਹੋ ਗਈ ਹੈ। ਜੋ ਮੰਗਿਆ ਹਰਦੀਪ ਹੋ ਪਾਇਆ ਕੀ ਰੋਟੀ ਤੇ ਕੀ ਮਾਇਆ, ਜਦ ਵੀ ਉਕੜਾਂ ਆਇਆ ਸਿਰ 'ਤੇ।
माए कोल बैके समझाया पीड़ हुंदी जे मैनू सी अख मां दी बरस दी रही अज मेरे कोलों मां मेरी अग नू तरस दी पई अज मेरे कोलों मां मेरी अग नू तरस दी पई जो मंगया सो पाया की रोटी ते की माया जद भी उकड़ाया सिर ते माए कोल बैके समझाया पीड़ हुंदी जे मैनू सी अख मां दी बरस दी रही अज मेरे कोलों मां मेरी अग नू तरस दी पई